ਉਹਨੂੰ ਬੁਰੀ ਮਾਰਤੀ ਸੀ ਜਮਾਈ ਹਾਏ ਲੈ ਕੋਈ ਪੰਗੇ ਲੈਂਦੀ ਫਿਰਦੀ ਆ ਮਾਂ ਤੇਰੇ ਤੋਂ ਟੱਕ ਨਹੀਂ ਬੈਠਿਆ ਜਾਂਦਾ ਅੰਦਰ ਕੁੜੇ ਤੜਕੇ ਕੀ ਹੋਇਆ ਇੱਥੇ ਸੰਦੇਹੀ ਲੱਗ ਜਾਣੀ ਆ ਪਰੋਲੇ ਕਸਾਉਣ ਗਿੱਲਾ ਕਰਤਾ ਆ ਲੱਤ ਟੁੱਟ ਗਈ ਸੀ ਮੇਰੀ ਲੱਤ ਟੁੱਟ ਗਈ ਸੀ ਬਈ ਟੁੱਟਣੀ ਸੀ ਲੱਤ ਤਾਂ ਪਹਿਲਾਂ ਤਾਂ ਐਣਕਾਂ ਚਾੜੀ ਫਿਰਦੀ ਹੈਗੀ ਐਡੇ ਐਡੇ ਘੋਪੇ ਤੈਨੂੰ ਦੀਦਾ ਨਹੀਂ ਹੈਗਾ ਤੇ ਚੂਲਾ ਤੜਾ ਕੇ ਬਹਿ ਜਾਂਦੀ ਸਿਆਪਾ ਸਾਡੀ ਜਾਨ ਨੂੰ ਕਰਦੀ ਤੂੰ ਕੁੜਾ ਚੌ ਨੂੰ ਚੜਾਏ ਨੇ ਖੋਪੇ ਨਹੀਂ ਦੀਦਾ ਤੁਹਾਡੇ ਵਰਗੀਆਂ ਤੋਂ ਤਾਂ ਕਹਾਉਣੀ ਆ ਆਹੋ ਨਹੀਂ ਜੀ ਤੇ ਮੈਂ ਅੰਦਰ ਬਹਿ ਜਾ ਜੇ ਤੈਨੂੰ ਪਤਾ ਨਹੀਂ ਬਾਹਰ ਕੰਮ ਕਰੀ ਜਾਂਦੀਆਂ ਕੀ ਤੇਰੇ ਦੱਸੋ ਤੇ ਕੀ ਤੇਰਾ ਤਾਂ ਮਾਰਾ ਉਲਝਿਆ ਪਿਆਗਾ ਨਹੀਂ ਉੱਥੇ ਮਰਦੀ ਸੀ ਨਿੰਮ ਥੱਲੇ ਹਵਾ 'ਚ ਜਾਂਦੀ ਸੀ ਮਾੜਾ ਜਾ ਸਾਰਾ ਦਿਨ ਗੇੜੇ ਦਿੰਦੀ ਰਹੀ ਮੜ ਜੇ ਪਹਿਲਾਂ ਪਾਉਂਦੀ ਫਿਰਦੀ ਆ ਮੋਰਾ ਆਉਂਗੀ ਵੀ ਤੂੰ ਬਹਿ ਜਾ ਟੱਕ ਕਿਤੇ ਮਾਰ ਕੇ ਤਾਂ ਰਾਜੀ ਹੋ ਗਈਆਂ ਮਰ ਜੇ ਕਿਹੜੇ ਮੇਰੇ ਬੁੜੀ ਦਾ ਭੋਗ ਪੈ ਜੇ ਸਿਆਪਾ ਨਿਬੜੇ ਤੁਸੀਂ ਇੱਥੇ ਪ੍ਰਧਾਨ ਬਣ ਜਾਓ ਨਹੀਂ ਪ੍ਰਧਾਨ ਬਣ ਕੇ ਤਾਂ ਕੀ ਲੈਣਾ ਆ ਤੁਹਾਡੇ ਖਰਚੇ ਨਹੀਂ ਲੋਟ ਆਉਂਦੇ ਆ ਹੁਣ ਬਹਿ ਜਾਂਦੀ ਚੂਲਾ ਤੇ ਮੁੜ ਕੇ ਕਹੀ ਜਾਂਦੀ ਹਾਏ ਚੂਲਾ ਹਾਏ ਚੂਲਾ ਨਾ ਬਾਬ ਜਾ ਹੁਣ ਕੰਮ ਕਰ ਲੈਂਦੇ ਸਿਆਪਾ ਕਰ ਲਿਆ ਇੱਕ ਕਰਦੀਆਂ ਲੈ ਕੇ ਮੈਂ ਆਖਿਆ ਸੀ ਨਾ ਲਓ ਨਾ ਲਓ ਇੱਕ ਕਰਦੀਆਂ ਨਹੀਂ ਅਸੀਂ ਤਾਂ ਆ ਪੀ ਆ ਕੇ ਪਸਤਾਉਣੇ ਤੁਹਾਡੇ ਨੰਗਾਂ ਦੇ ਹੈ ਹਾਂ ਕੋਈ ਵੀ ਨਹੀਂ ਆਉਂਦਾ ਸੀ ਤੁਹਾਡੇ ਤੂੰ ਸ਼ੁਕਰ ਕਰ ਦੋ ਤਾਂ ਆ ਗਈਆਂ ਤੇਰੇ ਹਾਂ ਜਿਹੜਾ ਹੈਗਾ ਮੈਂ ਤਾਂ ਫਸਾਇਆ ਹੀ ਨਹੀਂ ਆ ਵੱਡੜ ਨੇ ਆਪਾਂ ਫਸੀ ਹੋਈ ਸੀ ਇੱਥੇ ਮੈਨੂੰ ਵੀ ਐਨੀ ਫਸਾ ਕੇ ਰੱਖਦਾ ਇੱਥੇ ਵੀ ਤੂੰ ਤਾਂ ਇੱਥੇ ਤੇਰੇ ਵਾਲਾ ਤਾਮੜੀ ਹੈਗਾ ਮੈਨੂੰ ਕਿਹਾ ਇੱਥੇ ਫੂਕਦੀਆਂ ਤੂੰ ਤਾਂ ਵੀ ਹੈ ਚੱਲ ਕੋਈ ਨਾ ਫਿਰ ਮੈਂ ਕਿਹੜਾ ਬਾਲੀ ਸੁਖੀ ਆ ਤੂੰ ਵੀ ਮੇਰੇ ਤੇ ਬੋਲਣ ਲੱਗ ਜਿਆ ਕਰ ਇੰਨਾ ਹੋਰ ਵੀ ਨਾ ਬੋਲਣਾ ਤੂੰ ਆਪਦੀ ਭੈਣ ਹੋ ਕੇ ਦੁਸ਼ਮਣੀ ਕਰ ਲਈ ਪਤਾ ਕਰ ਜੇ ਮੈਂ ਲੱਗ ਗਿਆ ਵੇਚਣ ਭੁੱਕੀ ਉਸ ਕੁੜ ਕੁੜ ਕਰ ਤੂੰ ਧੁੱਕੀ ਕਿਧਰੇ ਲੱਤ ਪਉ ਕਿਧਰੇ ਮੁੱਕੀ ਮੇਰੇ ਡਾਂਗਾ ਪੈਣਗੀਆਂ ਤੀਸ ਪਊਗੀ ਮੇਰੇ ਨੀ ਤੇਰੀਆਂ ਚਾਂਗਾ ਪੈਣਗੀਆਂ ਬਹੁਤ ਐਨੇ ਕ ਹੁਣ ਵੇਖੀ ਜਦੋਂ ਗਈ ਨਾ ਰਗਾਂ ਚ ਇਹ ਦੇਖੀ ਗੱਲ ਬਣਦੀ ਫਿਰ ਘੁੰਮਦੀ ਜੀ ਨੀ ਹੈਗੀ ਹੈ ਮੇਰੇ ਸਾਲੇ ਦਾ ਨਾਜਰ ਦਾ ਬੇੜਾ ਬਹਿ ਗਿਆ ਰੁੱਗ ਰੁਪਈਆਂ ਦਾ ਰਹਿ ਗਿਆ ਨਕਲੀ ਦੇ ਗਿਆ ਮਾਲ ਐਤਕੀ ਬੇ ਅਮਲੀਆ ਜੇ ਤੈਨੂੰ ਅਸਲੀ ਦੇ ਜਾਂਦਾ ਫਿਰ ਕਿਹੜਾ ਤੂੰ ਪਾੜ ਚੱਕ ਲਿਆਂਦਾ ਰਹਿਣਾ ਤਾਂ ਤੂੰ ਮੰਜੇ ਨਾਲ ਲੱਗਿਆ ਸੀ ਮੇਰੀ ਗੱਲ ਸੁਣ ਮੇਰੇ ਸਾਲੇ ਦੀ ਨੇ ਆ ਕੇ ਟੋਕਦਾ ਹੁਣ ਇਹਨੇ ਨਸ਼ਾ ਨਹੀਂ ਕਰਨਾ ਹੈਗਾ ਮੈਨੂੰ ਹੋਰ ਘੋਲ ਕੇ ਪੀਣੀ ਪਊ ਹੁਣ ਮੈਂ ਤਾਂ ਕਹਿੰਦੀ ਆ ਮਰ ਜੇ ਤੂੰ ਨਾ ਤਾਂ ਘੋਰਾ ਦੁੱਧ ਛੱਡਦਾ ਚਾਹ ਨੂੰ ਬੈਠਾ ਤੇ ਕਾੜੀ ਜਾਂਦਾ ਬਈ ਜਵਾਖਾਂ ਦੀ ਵੀ ਦੇਖ ਲੈ ਫੀਸ ਮੈਡਮ ਫੋਨ ਕਰੀ ਜਾਂਦੀ ਐ ਸਕੂਲ ਚੋਂ ਜਵਾਖਾਂ ਦੀ ਫੀਸਾਂ ਕਿੱਥੋਂ ਭਰਨੀਆਂ ਨੇ ਤੜਕੇ ਹੀ ਘੋਲ ਲੈਨੇ ਕੌਲਾ ਉਹ ਮੇਰੀ ਗੱਲ ਸੁਣਾ ਪੀਲਾਂ ਦੇ ਮੈਨੂੰ ਮੇਰਾ ਬੜਾ ਦਿਮਾਗ ਨਾ ਖਾ ਉਸ ਤੋਂ ਬਾਅਦ ਭਾਵੇਂ ਆਮਲੀ ਨੂੰ ਗੱਡੇ ਨਾਲ ਜੋੜ ਲਈ ਬੇ ਜੇ ਕੋਈ ਕੰਮ ਦਾ ਡੱਕਾ ਤੋੜ ਲੈ ਤਾਂ 2 ਰੁਪਏ ਕੰਮ ਆ ਜਾਣ ਆ ਤੜਕੇ ਪੀ ਕੇ ਪਏ ਜਾਂਦਾ ਦੱਸ ਇਹ ਕੀ ਕਹਿੰਦੀ ਐ ਤੈਨੂੰ ਓਏ ਤੈਨੂੰ ਕੀ ਪਤਾ ਹੈ ਜਦੋਂ ਰਗਾਂ ਚ ਬੋਲਦੀਆਂ ਫੇਰ ਪਤਾ ਲੱਗਦਾ ਅੱਕ ਬਟੀਰ ਬੋਟੇ ਮੁੰਗ ਖੜਦੀ ਐ ਬੇ ਉਹ ਵੀ ਤਾਂ ਹੈਗੇ ਨਾਰਾਜ਼ ਹੋਣੀ ਜਿਹੜਾ ਕੰਮ ਕਰਦਾ ਜੇ ਤੂੰ ਵੀ 2 ਰੁਪਈਆਂ ਦਾ ਕੰਮ ਕਰ ਲੈ ਫੇਰ ਆ ਤੜਕੇ ਲੱਗ ਜਾਂਦਾ ਪੀਣ ਓਏ ਉਹਨਾਂ ਨੂੰ ਕੀ ਪਤਾ ਕੰਮ ਧੰਦੇ ਦਾ ਜਿਨੇ ਖਾਦੀ ਭੁੱਕੀ ਕੰਮ ਦੀ ਕੱਢੂ ਧੁੱਕੀ ਉਹ ਬਸ ਤੈਨੂੰ ਤਾਂ ਇੱਥੇ ਅਮਲੀ ਨੂੰ ਗੱਲਾਂ ਹੀ ਆਉਂਦੀਆਂ ਨੇ ਪਿਓ ਪੁੱਤ ਨੂੰ ਹੋਰ ਕੁਛ ਨਹੀਂ ਆਉਂਦਾ ਹੈਗਾ ਉਹ ਤੂੰ ਮੇਰੀ ਗੱਲ ਸੁਣ ਪਕਾਈ ਨਾ ਮਾਰ ਜਾਂ ਪਾਟੀ ਚਾਹ ਪਾ ਕੇ ਲਿਆ ਦੇ ਪੁਰ ਅੱਗ ਲਾ ਦੇ ਲਿਆ ਦੇ ਤੈਨੂੰ ਚਾਹ 18 ਵਾਰੀ ਤਾਂ ਤੂੰ ਤੜਕੇ ਦੀ ਚਾਹ ਚੁਲਸ ਲਈ ਆ 3 ਵਾਰੀ ਭੁੱਕੜ ਖਾ ਲਿਆ ਆਖੇ ਮੈਨੂੰ ਗੱਡੇ ਨਾਲ ਜੋੜ ਲਈ ਮੈਂ ਤਾਂ 18 ਸਾਲ ਹੋ ਗਏ ਵਿਆਹ ਕੇ ਆਈ ਨੂੰ ਮੈਂ ਤਾਂ ਤੈਨੂੰ ਦੇਖਿਆ ਨਹੀਂ ਗੱਡੇ ਨਾਲ ਜੁੜੇ ਨੂੰ ਆ ਮੰਜੇ ਨਾਲ ਹੀ ਜੁੜਿਆ ਰਹਿਣਾ ਭਾਈ ਤੇਰਾ ਬੇੜਾ ਮਰ ਜੇ ਤੂੰ ਕਿਤੇ ਕੰਜਰਾ ਆ ਗੱਲਾਂ ਕਿਹੜੀਆਂ ਕਰਦੀਆਂ ਤੂੰ ਤੈਨੂੰ ਕੀ ਪਤਾ ਆ ਸਾਡੇ ਬਲਦਾਂ ਦੀ ਜੋੜੀ ਹੁੰਦੀ ਸੀ ਗਹਿ ਗੱਡਮੀ ਉਹ ਇੱਕ ਬਲਦ ਮਰ ਗਿਆ ਬਾਪੂ 10 ਸਾਲ ਮੈਨੂੰ ਜੋੜ ਕੇ ਰੱਖਦਾ ਸੀ ਉਹਦੇ ਨਾਲ ਤਾਂ ਜਾ ਕੇ ਅਸੀਂ ਬਾਹੀ ਕਰੀ ਆ ਫਰਸੈਮੀ ਥੋੜੀ ਲੱਗੇ ਮੇਰੇ ਸਾਏ ਦੀ ਇਹ ਚਾਹ ਨਾਲ ਹੀ ਨਸ਼ਾ ਖਿਰਦਾ ਬੰਦੇ ਦਾ ਕਹਿੰਦੇ ਤਾਂ ਹੁੰਦੇ ਆ ਆਉਂਦਾ ਨੀ ਨਜ਼ਾਰਾ ਫੀਮ ਖਾਣ ਦਾ ਜੇ ਘੁੱਟ ਚਾਹ ਨਾ ਹੋਵੇ ਹੋ ਬੇ ਬਾਲੀਆਂ ਗੱਲਾਂ ਨਾ ਮਾਰ ਮੈਂ ਤਾਂ ਤੈਨੂੰ ਦੇਖਿਆ ਨੀ ਵੀ ਨਾ ਤੇਰਾ ਪਿਓ ਤੇ ਨਾ ਤੂੰ ਕਿਸੇ ਗੱਡੇ ਨਾਲ ਜੁੜ ਗਏ ਸੀ ਮੈਂ ਤਾਂ ਤੁਹਾਨੂੰ ਅਸੀਂ ਵੇਲੜ ਨੂੰ ਦੇਖਦੀ ਆਂਗੀ ਜਦੋਂ ਦੇਖਦੀ ਆਂਗੀ ਮੇਰੀ ਗੱਲ ਸੁਣ ਲੈ ਆ ਡੱਪ ਕੇ ਨਾ ਖੇਤ ਉੱਜੜ ਜਾ ਕੋਈ ਚਾਹ ਚੂਣੀ ਹੈਗੀ ਉੱਥੇ ਬਹਿ ਕੇ ਭੁੱਕੀ ਖਾਈ ਜਾਇਆ ਕਰੀ ਜਿੰਨੀ ਮਰਜ਼ੀ ਓਏ ਹੁਣ ਤਾਂ ਇਹਨੇ ਵੀ ਨਸ਼ਾ ਨਹੀਂ ਕਰਨਾ ਮੇਰੇ ਸਾਲੇ ਦੀ ਨੇ ਕਿੱਥੋਂ ਆ ਕੇ ਟੋਕਤਾ ਹੋਰ ਉਹਦੇ ਕਾਲੇ ਮੂੰਹ ਵਾਲੀ ਕਿਉਂ ਜਵਾਕ ਦੇ ਬਾਦ ਪਈਆਂ ਤੜਕੀ ਅੱਛਾ ਇਹ ਜਵਾਕ ਹੀ ਹੈ ਨੀ ਮਾਂ ਬੁੜਾ ਹੋ ਗਿਆ ਜਵਾਕ ਦੇ ਵੀ ਅੱਗੋਂ ਜਵਾਕ ਜਵਾਨ ਹੋਏ ਪਏ ਨੇ
मेरी गल सुन ला, संग शर्म तो इन्हों की तड़के ही खोल लेंगे ने डेढ़ कबले की गल। फिर की हो गया जे दो चमचे खा ले, कोई दारू तो नहीं पींदा भी डिग्या पे उथो चक के लिया पैंदा। देखा देखा वह कसर रह गई, ऐ कर वह भी दारू भी लिया के दे झुलस लिया कर बापू मेरी गल सुन यार, मैं तू पी ला, मैं होर खोलूंगा। तू सारे दे सामने पटारा ना खोलिया कर। बापू पटारे तो आई खोलन गए, मेरी गल सुन, फिर ही कहे काम नु हाथ पाऊ, कही दा काम केड़ा करना सौखा यार। वे कर मैं, वे मेरी गल सुन पुत, ओले होके पी लिया कर, लुक छिप के ना ये कालक दसन दे सामने कोलिया कर। बेबे हुण मैं की करा, मेरा केड़ा जी करदा, मैं भुक्की खावां। डोले तो नहीं पुत, ब्याह कराला ब्याह कराला, आ चढ़ा दा मेनू पहाड़ ते। बेकर मैं बेबे होना तो सोनू है गई सी, बे होर की सोनू मैं कमारे रख लैंदी गल जाणिया। बे ओ तीजा फिरदा कमारा, मैनू तो उसे दा संसा बड़ बड़ खाई जांदा है। बी ओ ब्याह जावे तिन्ने आपो आप दे घरां बारां दे हो जाओ। बे गल तां ओ सच्ची कहिंदी है पुत, माड़ा जिहा पर्दे नाल खा लिया करो। ओ तीजे नूं भी ना ला दिओ, गांह जवाकां नूं भी ना ला दिओ, तुसीं ने तां बैल ला लिया है। कोई चौ नूं नहीं लगे असी, तैनूं पता है पहला कम करने किन्ने औखे सी। लालच दा मारा मैं इनू खेत लै जांदा सी, उथो चक के भोरा इह मेरे वाली खा गया। ओए उथों ही हौली हौली गिज गया। ओए नले तैनूं पता पहला कम किन्ने करने औखे सी, हुण तां मशीनी युग आ गया। ओए तां ही आ सारा कुछ इन्हां तों कहाई जांदे आ, इन्हां नूं की पता वी आ घर बार असीं किवें पाए ने। बे कंडे तेरे बीजे होए ने, उदों आ जवाक नूं लिजा के खेत खवा दिंदा सी कम दे लालच दा मारिया। एदी जान नूं तां पाता स्यापा, मरिया सप्प गल पाता इहदे, तां ही मैं उहनां तों सुणदी आं। कंजरा उदों आप कर लैंदा कम, लाद नूं तां ना लाउंदा। ओ बीबी तूं इहदे नाल कहनूं लड़ी जांदा, तूं मेरी गल सुण, तेज बत्ती पा के माड़ी जी चाह लिया दे, मेरे खुरक जी होई जांदियां कि मैं पी के घुट खेत बग जूं। फिर बे तेज पत्ती ता पा लूं कर, मैं दुध नहीं चक्कण दिंदियां अंदरों, मैं की करां दस, लकोई बैठियां ने फ्रिज नूं जिंदा ला दिंदियां ने। तुसीं तां तिन्ने आ के सारा दिन चाह कर कर ही पी जांदे हो। छोटे चाचे को फड़ लिया दलीपो क्यों? ओहो आ झुटसला फिर चंगा, हुण कोली तां बैठा। बापू मैं नहीं पींदा, मुंडा टोक के नशा नहीं करना हुण इहने मच्छड़ी ने। ओए कर मैं नहीं इह पींदा, ओए मैं तां पहला खाई फिरदा, ओए तैनूं पता फिर होर कले सड़ू। ओए कंजरा इहदे विच की बड़िया होना, चक के मूंह ना ला लै। ओए तू भी बचाले धरके बह जाना, ओ मोटर वाले कोठे च धर लै, उत्थे अग ला लिया कर, उत्थे खा लिया कर, नाले गालां लैना है नाले दबाउना है। हुण इह नशा तां करना नहीं, इहदा हुण पानी दा की पीना यार। मैं झुस लै क्यों नहीं नशा करना, ऊई बहम पै जांदा ढाई जाणियां नूं। चंगा तू चाह बना दे घुटा। बना दिनी आ। नशा तो इहदा की करना है, पानी हुई थले रह कि गार रह गई, जमी कम का नहीं है समान। लै लिया दिनी आ चाह करके, चाह चुस के खेत नू वग जा, इत्थे ना नाल ना बोली जाई हुण। ओए घुट मेरा भी पानी पा ली हुण लगदे हथ। ते पा लूंगी पानी मैं फार्म जे भरने सीगे ते 500 रुपए चाहिए मैनू। पतंदरो मेरे कोले दस मोर नहीं सुंदी है, मैनू आ फड़ दिओ सारा टब्बर। मेरी गल सुन ला भरावा,
चुप करके ना काम नू लग जाओ। पहला तड़के अपने आला बड़ड कहना मैनू दे कहना 2000 रुपया, मैं आखे भुक्की लेके आनी है। बापू कहना मैनू 500 रुपया दे, मैं जोड़े लेके आने, मैं दस की करा। फिर आही तो भाई मैं दुख मारदा उन्होंने तो भुक्की नू भी रुपये देना, मैं कहना कोई नशा लेके आना, मैं तो आपके फार्म ही भरने ने ता मंगे ने, मेरे को 100 रुपये मंगन का, काम कर लूंगा और साल 2 साल होर पढ़ाई है मेरी, उदो बाद नौकरी तो मिलती नहीं गी। ओ भरावा तुम तो गल्ले ही बाहर आनी कट ला जा मेरी जेब चो हथ लिपड़िया मेरे तो भी तू ए ना कर, अगर बाई बन को ना तो पहले बोल देना तो मेरे बेटे तू ए कर दा गिन ला 500 रुपया चाहिए बाकी जेब चारे मेरे भाई चाहिए तो 1000 सी तो मैं क्या नहीं 300-400 रुपये कंटीन वाले देना, कुछ किराया भी चाहिए 700-800 रुपये सारी ले जाना मैं। ओए आही माड़िया गल हूं तेरे हाथ 800 लग गया अगे मैं सारी ले जाना, ले जा भरावा तेनू राम दी हट्टी दा जरदा निजोना विच बह गया जट दे रौला पाउन लग गया ने सारा टब्बरा। तू किवें भखिया फिरदा तड़की? ओह भखिया की 2200 रुपये मंगे सी मैं, फार्म भरने सीगे 800 रुपया फड़ा तां 1000 दी लोड सी मैनू। ओ चल मेरी गल सुन, मैं तां नसपार लैण गया सी बनारसी, क्यों ओ मिली नहीं हैगी, तू शहर गया तेरे कोले पैसे हैगे आ, 2 रुपया लिया दी मैनू। ओ भाई हाथ बन्ने तेरे मूहरे, ओ तू छड़ दे नसा, मैनू भी नहीं रुपये मिलदे पढ़न नू सारे, हुण भाई कहिंदा कि बड्डे ने फड़ लै रुपये 2-3 हज़ार भुक्की लियाउण वास्ते, छोड़े नहीं फिर घर पूरा आउंदा। पढ़ के कहना तू सरपंच लग जाएगा यार, उन्होंने मेरी गल सुन, ओए टोहाने वाली लिया के दई वो वधिया हुंदियां ने सपैर। कोई ना लिया दूंगा, कोई सरपंच पढ़े लिखे नहीं बनदे, सरपंच तां पढ़ भी बल लग जूगा। ओए मेरा तां मगज जा बंद होया पे, 4 सिक्का आ जाणगियां, ओ मगज जा खुल जू कंजरो। तू ना कोई कम बन दई जा, बग जा मथे लग जांदा जा कम, खेत बग जा कर। खेत जांदा सीगा बनार सिंह लैण पा के मिली नी उहनां नूं सपार। ओ चल फूक नूं लिया दूं मैं, बग जा परां हट। ओ 2 रुपया लिया दी ओए चंगा, मेरे साले दे किवें बड खाण वाले वांगू पैंदे आ ओए, अपड़ा जे बाड़े हो जांदे आ हणा। मम्मी अज तुसीं फेर नहीं फीस भरन आए मेरी? ओहो पुत आ तेरे प्यो जो भुक्की खान तो टाइम मिले फिर फीस भर के आवे। भाई मेरे सर ने तो आख्या मेरी कीत ते जदन दी तिना दी फीस रहंदी है कि जे कल ना भई ना मेरा ना कटणगे। ओ कोई ना पुत्त, तू उहनां नूं कह देंदा वी 1-2 दिन च भर दांगे, मैं कहिनी आ तेरे प्यो नूं। भाई फिर तुसीं आपे प्रिंसिपल नाल गल कर लिओ, थोड़ा असेंबली च खड़ा कर लैंदे ने रोज। ओ लै होर जवाकां दा की कसूर हैगा, रोज ही लैणा च खड़े कर लैंदे ने, उहनूं कह दे कि कोई गल नहीं मैडम जी अज सवेर च भर जांगे, मेरी मम्मी है नहीं सी घरे, ऐ कह देंदा। ਠੀਕ ਆ ਵੀ ਆਪੀ ਗੱਲ ਕਰ ਲਿਓ ਵੀ, ਮੈਂ ਇੱਥੋਂ ਨਹੀਂ ਕੁਛ ਕਿਹਾ ਜਾਂਦਾ ਹੁਣ। ਚੱਲ ਕੋਈ ਨਹੀਂ ਪੁੱਤ, ਕਹਿਣੇ ਆਗੇ ਕੋਈ ਨਹੀਂ, ਤੇਰੇ ਚਾਚੇ ਨੂੰ ਫਿਰ ਕੋਈ ਨਹੀਂ ਭਰੇ ਆਵਾਂਗੇ, ਕਹਿਣੇ ਉਹਨੂੰ ਸਵੇਰੇ ਫੀਸ ਭਰਿਆ, ਆਪਦਾ ਫਿਰ ਬਾਕੀ ਕੰਮ ਬਾਅਦ ਚ ਕਰੀ ਜਾਊਗਾ। ਠੀਕ ਬਾਈ ਰਾਜ, ਆ ਦੇਖ ਲੈ ਜਵਾਕ ਹੁਣ ਆਈ ਕਹੀ ਜਾਂਦਾ ਸੀ, ਆ ਮੈਡਮ ਰੋਜ਼ ਲੈਣਾ ਚ ਖੜੇ ਕਰ ਲੈਂਦੇ ਨੇਗੇ ਵੀ ਫੀਸ ਭਰ ਜਾਓ ਭਾਈ, 3 ਮਹੀਨਿਆਂ ਦੀ ਹੋਈ ਪਈ ਹੈ। ਉਹ ਚੱਲ ਕੋਈ ਨਹੀਂ ਭਾਈ, ਮਹੀਨੇ ਮੂਨੇ ਤਾਂ ਲੰਘਦੇ ਹੀ ਰਹਿਣਗੇ, ਅਗਲੇ ਮਹੀਨੇ ਭਰ ਆਵਾਂਗੇ ਆਪਾਂ। ਓਹੋ ਰਾਜ ਮੇਰੀ ਗੱਲ ਸੁਣ, ਜਵਾਕਾਂ ਦੇ ਪੇਪਰ ਨੇਗੇ, ਫਿਰ ਤੈਨੂੰ ਪਤਾ ਸਕੂਲ ਚ ਨਹੀਂ ਪੜਨ ਦੇਣ, ਨਾ ਕੱਟ ਕੇ ਘਰੇ ਭੇਜ ਦੇਣਗੇ ਜਵਾਕਾਂ ਨੂੰ, ਫਿਰ ਕੀ ਕਰਾਂਗੇ? ਉਹ ਕੀ ਕਰਾਂ ਭਾਈ ਮੈਂ, ਹੁਣ ਮੇਰੀ ਗੱਲ ਸੁਣ, ਤੜਕੇ ਦਾ 2000 ਆਹ ਵੱਡਾ ਬਾਈ ਲੈ ਗਿਆ ਫੜ ਕੇ ਮੈਥੋਂ, ਤੇ ਦੁਪਹਿਰੇ 1000 ਉਹ ਲੈ ਗਿਆ ਫੜ ਕੇ, ਕੀ ਕਰਾਂ ਦੱਸ ਮੈਂ ਕਿੱਧਰ ਜਾਵਾਂ? ਇੱਥੋਂ ਤਾਂ ਫਿਰ ਤੇਰੇ ਭਰਾ ਹੀ ਨਹੀਂ ਲੋਟ ਆਉਂਦੇ, ਫੀਸ ਭਰਦੇ ਸਿੱਧਾ ਹੋ ਕੇ ਜਵਾਕਾਂ ਦੀ, ਰੋਜ਼ ਕਹਿਣ ਨਾ ਮਹੀਨਾ ਖੜ ਜਾਓ 20 ਦਿਨ ਖੜ ਜਾਓ, ਜਵਾਕਾਂ ਦਾ ਨਾਂ ਕੱਟਿਆ ਜਾਊਗਾ, ਤੇ ਉਹਨੂੰ ਕਾਹਦੇ ਖਾਤਰ ਪੈਸੇ ਦਿੱਤੇ ਨੇ, ਉਹਨਾਂ ਤਾਂ ਭੁੱਕੜੀ ਨਹੀਂ ਲੋਟ ਆਉਂਦਾ ਕਦੇ, ਸਰਦਾ ਹੀ ਨਹੀਂ ਉਹਨਾਂ ਨੂੰ। ਕੀ ਕਰਾਂ ਮੈਂ, ਮਰਦੇ ਨੇ ਬਿਲਕਦੇ ਨੇ, ਮਰ ਜਾਣ ਦਾ ਫਿਰ ਜਵਾਕ ਤਾਂ ਨਹੀਂ ਮਾਰਨੇ। ਉਹ ਕੋਈ ਗੱਲ ਨਹੀਂ, ਕਿਉਂ ਐਵੇਂ ਔਖੀ ਹੁੰਨੀ ਐ, ਕੋਈ ਨਹੀਂ ਫੜ ਲਿਆਉਂਗਾ ਆੜਤੀਏ ਤੋਂ, ਭਰਿਆਵਾਂਗੇ ਫੀਸ। ਫਿਰ ਐ ਕਹਿ ਦੇ ਨਾ ਸਿੱਧਾ ਵੀ ਮੈਂ ਭਰ ਦੂੰ ਫੀਸ, ਮਹੀਨਾ ਖੜ ਜਾ, 2 ਮਹੀਨੇ ਖੜ ਜਾ, 6 ਮਹੀਨੇ ਹੋ ਗਏ ਜਵਾਕਾਂ ਨੂੰ, ਰੋਜ਼ ਲੈਣਾ ਚ ਖੜੇ ਕਰ ਲੈਂਦੇ, ਜਵਾਕਾਂ ਦੀ ਬੇਇੱਜ਼ਤੀ ਹੁੰਦੀ ਹੈਗੀ। ਹੋਰ ਇਹਨਾਂ ਨੂੰ ਤਾਂ ਬੱਬਰ ਲੋਟ ਹੀ ਨਹੀਂ ਆਉਂਦਾ। ਰਾਜ ਕਿਉਂ ਰੌਲਾ ਪਾਇਆ ਪੁੱਤ, ਮੇਰੀ ਅੱਖਾਂ ਦੀ ਦਵਾਈ ਮੁੱਕੀ ਪਈ ਐ, ਹਾਂ ਲਿਆ ਦੇ ਪੁੱਤ। ਤੂੰ ਰਹਿ ਗਈ ਸੀ, ਤੇਰੀ ਰਹਿੰਦੀ ਸੀ ਕਮੀ, ਤੂੰ ਆ ਜਾ ਲਿਆ ਦੇ, ਤੈਨੂੰ ਦਵਾਈ ਕੀ ਗੋਲੀ ਵੱਜੀ ਐ, ਨਹੀਂ ਤਾਂ ਪਈ ਆ ਜੇ। ਉਹ ਕਿਹੋ ਜੀਆਂ ਗੱਲਾਂ ਕਰਦੀਆਂ, ਦਵਾਈ ਤਾਂ ਹੁਣ ਲਿਆਉਣੀ ਪਊ। ਪੋਸ਼ਾਕ ਹੀ ਨੀ ਲੋਟ ਆਉਂਦੀ। ਦਵਾਈ ਤਾਂ ਹੁਣ ਕਰਦੇ ਆ, ਜਵਾਕਾਂ ਨੂੰ ਹਟਾ ਕੇ ਘਰੇ ਬਿਠਾ ਲੈਣੇ ਆ, ਤੁਹਾਡੇ ਖਰਚੇ ਨੀ ਮਾਣ ਆਏਗੇ।
सारा कुछ हो जूगा कोई नी मैं जाना बाजार पुछ के आना आड़ती है तो पैसे जे मिल गए कल ही भरिया आहो कल फीस भर दी सानू नी पता कितों लिया कोई खूह पट चाहे टोभा पट चल कोई गल नी मां होर तो नहीं कुछ लेके आना हां मां नू पुछ पंजी रुपये ला दे बस पुता ही लिया मैंने तो दवाई मैंने तो होर कासे दी लोड़ नहीं चल कोई गल नहीं चंगा बह जा बुढ़िए तेरे ना आखे हाथी दे दंद दिखाउण दे होर ते कढ़ण दे होर तू टिक जा कर पूरा होर मैं की करां दस आ दीदियां तो दीदा नहीं अग लगदा ना देख के ताए दस की कसीदा कढ़ना बेबू जे कसीदा नहीं कढ़ना कुड़े रोटी पानी तो देखना ही है कोई ना रोटी पानी का की देखना चूल्हे ते तू थप्पड़े लगर पका के तेन असि लेने बह के खादी भी नहीं आती पुत कोई ना ये टाइम सब ते आऊगा एदू माड़ा ही आऊगा कहना सोडे जवाक बरोबर दे होई नहीं तू तो माड़ा ही भारेगी कदे सुख भारी नहीं इस घर दी बट्टू खाऊ सारा दिन बट्टू खड्डू खाऊ नहीं करदे तुसी नहीं लोट आउंदे तेरा खसम चक लैंदा तड़के वह खांदा भुक्कड़ बड़ा है वह झुलसदा सारा दिन थोड़े का भुक्कड़ थोड़े का आ अखा ही नहीं लोट आउंदियां फिर की करे भाई खसम चक लैंदा कौला आ सारा कुछ बना के खसम नहीं दिता की बनाता जे भुक्कड़ दे कौले खाते ने आ घर बारसों नू पा के दे नहीं आ घर है थोड़े कोले होर की रह गया अद्धा किला जमीन दा वो भी आ थोड़े दिन ही जांदे ने वो भी आ तेरे अखां पकया देणगियां तेरे भाऊ मैनूं लगदा लंज मैं ला देख लहू कदे लग जा साडे सारे नखड़े कर पड़गे घर चक के खड़ जूगी जे लग जा घर नूं गाहां दी तुसीं मैल पता है कुल्ली इक इही गणाई जाणगे तुहानूं घर पता पता नहीं की स्यापा करता साडा असल विच तू आ तू अपवाड़ा दी जड़ मैं तां तैं फसाया ओरे पंजरां च नहीं मैनूं की कितनी चज्जदा इत्थे मैनूं की पता सी वी सारी इहो जिहे ने टोला मैं तां ऐ सी चल तू मेरी गल्ली लाडली भैण आ मैं आपदे कोल लियाउंगी मैनूं की पता सी वी नहीं लाडड़ी नूं मैं कहनी इत्थे बरियां समय समय दिंदे नेगे नहीं मैं की करां मैं वी बथेरी दुखी आ चल कोई नहीं कदी तेरा रब सुनूंगा कुछ अज दे दिन आ जाणगे कदे नहीं आउंदे चज दे दिन सीधे एडे एडे भुक्कड़ बोरियां दीआं बोरियां भुक्कियां दीआं खांदियां हुण उहनां दे चज दे दिन नहीं आउंदे माड़ी आउणगे तू ओ बापू मैं यार तेरे ना गल करनी है दस अगे दस घंटे बाद जवाब देना यार तू और तेरी नू बाला लाल लग गई बाली कपट कर दिया मेरी और बंदे में इन्ना नहीं चाहिए भी उन्हें बोली जावे ओ छेरा ओ मेरी गल सुन दो ओ तू छेरा मुंडा खुंडा है जी ओ तू ये जूड़ बढ़ दे नले तो मैनू गाला दबाने नले तू लेना भाई जूड़ बढ़ दे तू तो बढ़िया नहीं ना जोड़ जा तू तो 60 साल का होया पे तू मैनू हजे सलाह देना और मेरा मर जू ए बिना मेथों नहीं सरदा है मैं तो उस चमचे की खड़ा सिरा कोई अद्धी तो तू मेरी चाके खा जाना बिचो फिर वो रोज जवाक हूं कितों लिया लिया दे जाए भाई ये कबीलदार तो उही कहूंगा हूं कबीलदारी सारे तो आने हाथ च जे हूं ओ नहीं ना कहने हूं गमंडी ना कह दे काम तो मैं उन्होंने करता यार सारा दिन जेड़ा बंदा कबीलदारी चलाउंदा सिरा ओए उसे नूं पता हुंदा भाई किवें पूरियां पैंदियां ने ओ मापू आ बाणियां मताईयां दे यार तू नहीं मैनूं भुक्की देणी हुंदी ना दिया करां आपदी अट रख लां डब्बे च पा के ओ नाले मैं तैनूं इक होर गल दसदा ओ नाले तू समान होना आप लैके आया कर ओ राज तों ना मंगाया कर ओनूं जवाक नूं की पता है ओ मूहरों चंगा माड़ा फड़ा आंदे ने फिर सली असर नहीं करदी ओ बापू मेरी गल सुन ओ जह जा लिया मैं खा लाना यार मैथों एडी दूर नहीं जाया जाता ओ मैनू कड़ा चलाना आंदा मोटरसाइकिल साइकिल दे गोडे घड़ीसदा तुरै जाऊंगा चंगा लगदा यार मैं बड़ा जिद्दी बंदा है यार माड़ी मोटी तो गल बन लिया कर ओ नाले अमली का ता कम हुंदा है जे कोई कुछ कह गया ना चुप करके सुन ले ना सुन ले ओ बंदा सिर ते नची जावे ओनू सिर तो लाउणा चाहीदा है अगर चुप करके तू ही आ जाना सुन लैना बुढ़ी दियां मैथों ही सुनिया जांदियां ओ फिर सारयां दे सामने खाणी किहड़ा जरूरी है ओ नले अपने पिछे सौ सौ कुछ राज नूं कहिंदे ने ओह ना हुण कहारे च थां बणाया कहारे च बहि के खा लिया करूं ओ बापू माणी मुंडी संग मन्निया कर आपणे घरे बहिणिया असीं की यार हुण मैं साथे जे के खाणा वा ओ इत्थे मर जा कर कंजरा इत्थे खेत रख लै माड़ा मोटा तो कंट्रोल कर लै आमर वेल मंगू बद ही तुरै जाना वो एक चमचे नाल सार लिया कर तू भी टुक बना रखा हुण एक चमचे नाल सार लिया कर ओ बापू
तेरे आले लक्षण जे नहीं होंदे यार, तू बस सुंग के जे सार देना। और जिन्ना चिर दो तीन कलसियां अंदर ना जान, मेरा पुत दा शरीर जे नहीं खड़ा होंदा यार। ओ बालियां गल्ला ना मार, आके ना खा के जेड़ा चमचा हुंदा खादा हुंदा ओए ओदा कम भी ले लिया कर। ओए कक्क ओखो बड लै, ओ शहर गया मुंडा। ओए कक्क बड लांगे एटी केड़ा काली आ गई, सारा दिन पिया बड नु कक्क बड लै। चल हुंदा कम दी रहनी है यार। ओ ना मेरी गल सुन, ओनू कहनी कि लिया दे हुण समान मुक्कण वाला गा, तड़के 2000 रुपया दा दे गया नी। ओए हुण उन्होंने 2200 नु करती। ओए गल सुन लै मेरी, हुण ना रुपये मंग जीए तो ओए हुण बारी पई मेरी है, हुण ऐसे नाल आपदा टाइम पास कर ली। ना ओ बापू तू भी कमाल करदा यार, बारी नु आ कस्सी दी बारी है, हुण बारियां बनण लग गया। ओ मेरे आले डब्बे नहीं चिंबड़ा रहिंदा सी अलमारी च। ओ मेरी गल सुन लै, बालियां गल्लां जीआं ना मार, उहने सारे टब्बर दा ठेका ही लैता पई, उठ के कम कर लै, गल्लां दी तू तार नहीं टुटण दिंदा सारा दिन। ओ बापू मेरी गल सुन लै, ठेका हुण उसे ने लिया, सारी कमीनदारी ओहदे हथ च आई यार। नाले तू मेरी गल सुन, आ तेरे भरमानी दे चक्कर च ना मैनू पढ़ नहीं दिता, ओदा छित्र जगा के मेलिया ते तोरी फिरदा रहा, किते किसे दी झंडी फड़ ली किते किसे दी। ओ नाले तू ढोई लवा लैंदा सीगा, नाले मेरी बेइज्जती कराती, नाले मैं नहीं पढ़िया यार। ओए ओ तां शौक सी मैनू शेरा, तां बग जांदे सी। ओए मेरी गल सुन, ओ जे कम करदे सी तां शौक वजों माड़ा मोटा चमचा लाउंदे सी, तू तां पतंदरा उई जमी भांडे ही बना लिया अंदर। ना जे कितिआं तूं मैनूं भलमानी ते तां पे सिखादा ना, ऐह जा जप लाउंदा बंदा चाहे पलास लियांदा, हथ नहीं पट सकदा कर मेरे। ओए हुण इत्थे अपना ना घोल हो जे, तैनूं मैं बार बार कही ना, ओ आके लड़ू अपने नाल। ओए कम कर लै उठ के मेरा शेर। घोल दा तूं की कर लेगा, पहला सारी जिंदगी ढूही लवाई है, हुण मैथों लवा लेगा तूं, जे बह जा पी कर लूं यार कम मैं। चाह पी नहीं लोट आ सारा दिन आई दी हूं पीजू एक बार ची बाल के पत्ती लहू पी रखा गा ना कंजरा दे, कदे कोई सब्जी जुड़ी आ, रोज चटनियां खा गा, बूथड़ चटनियां वर्गे हो गई। की हो गया होना, होना की है क्या? आओ देख ला, मैं इसने भी चेक ती लाता, अज चार साढ़े चार महीने पए ने हजे, नाले भाई आ 20 वाली मंडी आने वाली है परसों नु, इहनू लै जा ते नवी महस ले आ। क्या रुपये कित्थों लिआऊं मैं? अगर रुपये कित्थों लिआऊं, रुपये हुण साडे कोल बैंक लगी है वी असीं देवांगे जमा करा के, तू ही ले लै पैसे, होर कौन लिआऊं। ओ कोई नहीं, आ चार महीनिया नु सूप होगी, औखा कढ लियो, कोई गल नहीं, दोधी तो ले लिया करांगे 2 किलो दुध। दोधी आले दुध नाल तां इत्थे टाइम पास हो ही खड़ा, आ तेरा प्यो ते तेरा भरा ओह लोट आउणगे फेर ही आ। ओ फिर मैं दस किहड़े पासे जावां? आ फिर मैं किहड़े पासे जावां, किहनूं कहीए, ओह तां तड़की लगे जे गुण गुण करन, उहनां तां कोई कहण दा फायदा नहीं। चल ओ छड, लै असीं तां तैयार होईआं सीगीआं, आ फड़ा फीस आले पैसे, जवाकां दी फीस भरे आईए। ओ मेरी गल सुन, आड़ती आपाई कल जवाब दे गया, ओ कहंदा हजे 5-7 दिन है नहीं पैसे मेरे कोल, तां फिर तां भाई लारे ने तेरे आए, हुण जवाकां नूं स्कूल दे विच सारा दिन बेइज्जती कराई जाईए, फिर ना कटा ले जाके। कमाल करी जानी है, आए किवें ना कट देणगे स्कूल वाले? आ के आए किवें ना कट देणगे, जवाक बेइज्जती भाई सहिंदे नहीं हैगे, ओ कहंदे असीं नहीं जांदे स्कूल, अज मसां धोरे ने। फिर मैं आड़तियां नाल लड़ पैंदा हुण यार, जदों कहंदे भाई पैसे है ही नहीं साडे कोले। ਚਾਹਤਾਂ ਨਹੀਂ ਫੇਰ ਸਾਰੀ ਤਾਂ ਹੁੰਦੇ ਨਹੀਂ, ਜਦੋਂ ਉਹਨਾਂ ਨੂੰ ਕੁੱਕੜ ਲਿਆ ਕੇ ਦੇਣਾ ਹੁੰਦਾ ਉਦੋਂ ਤੇਰੇ ਕੋਲ ਕਿੱਥੋਂ ਨਿਕਲੇ ਹੁੰਦੇ, ਮੈਨੂੰ ਐ ਤਾਂ ਦੱਸ ਦੇ। ਕੋਈ ਉਹਨਾਂ ਦੇ ਪ੍ਰਾਣ ਨਿਕਲ ਜਾਣਗੇ ਤਾਂ ਲਿਆ ਕੇ ਦੇਣੇ ਪੈਂਦੇ ਨੇ ਪੈਸੇ ਕਿਸੇ ਨਾ ਕਿਸੇ ਤੋਂ ਫੜ ਫੜ ਕੇ। ਬੇ ਸੌਖੇ ਹੋ ਜਾਣਗੇ ਜੇ ਉਹਨਾਂ ਦੇ ਪ੍ਰਾਣ ਨਿਕਲ ਜਾਣਾ, ਨਿਕਲ ਜਾਣ ਦੇ ਕੱਦੇ ਦੇ, ਕਿੰਨਿਆਂ ਨੂੰ ਉਹ ਕਰੀ ਜਾਏਗਾ, ਕੁੱਕੜ ਜੋਗੇ ਲੱਕੜਾਂ ਜੋਗੇ ਪੈਸੇ ਵੀ ਨਹੀਂ ਰਹਿਣੇ ਤੇਰੇ ਕੋਲੇ। ਫੀਸ ਦਾ ਤਾਂ ਬਾਈ ਅਸੀਂ ਸਕੂਲ ਜਾ ਕੇ ਕਹਿ ਆਵਾਂਗੇ, 10 ਦਿਨ ਰੁਕ ਜਾਣਗੇ, ਪਰ ਮੱਝ ਦਾ ਕੋਈ ਹੀਲਾ ਕਰ ਲਓ, ਦੁੱਧ ਵੀ ਨਾ ਨਹੀਂ ਸਰਦਾ, ਘੁੱਟ ਜਵਾਕ ਵੀ ਦੁੱਧ ਪੀਂਦੇ ਨੇ। ਸਹੀ ਗੱਲ ਕਹਿੰਦੀ ਹੈ ਭੈਣ, ਨਾਲੇ ਜਵਾਕਾਂ ਦਾ ਤਾਂ ਬਹਾਨਾ ਹੀ ਆ, ਉਹਨਾਂ ਜੋਗੀ ਦਾ ਘੁੱਟ ਦੁੱਧ ਦੀ ਹੁਣ ਵੀ ਨਹੀਂ ਬਚਦੀ, ਉਹ ਜਿਹੜੇ ਬਾਗੜ ਬਿੱਲੇ ਪਾਲ ਰੱਖੇ ਨੇ ਉਹੀ ਨਹੀਂ ਲੋਟ ਆਉਂਦੇ। ਓਏ ਕੋਈ ਗੱਲ ਨਹੀਂ, ਹੁਣ ਚਾਹ ਪਾਣੀ ਤਾਂ ਅਗਲੇ ਨੇ ਪੀਣੇ ਹੀ ਹੁੰਦਾ ਹੈਗਾ, ਤੁਸੀਂ ਤਾਂ ਉਹੀ ਔਖੀਆਂ ਹੋਈਆਂ ਰਹਿੰਦੀ ਹੋ ਸਾਰਾ ਦਿਨ ਸਾਡੇ ਕੰਨੀ, ਉਹ ਤਾਂ ਨਾ ਸਾਰਾ ਦਿਨ ਪਤੀਲਾ ਵਾਲੀ ਜਾਣ, ਦੁੱਧ ਦਾ ਹੱਲ ਕਰਦੇ, ਬਸ ਗੱਲ ਲਾਸਟ ਕਹਿਤੀ ਤੈਨੂੰ, ਧਰੀ ਰਹੇ ਤੇ ਰੱਖਣ ਪਤੀਲਾ। ਓ ਕੋਈ ਗੱਲ ਨਹੀਂ, ਆ ਜਾਣਦੇ ਮੰਡੀ ਲੈ ਆਵਾਂਗੇ ਮੱਝ। ਹਾਂ ਲੈ ਆਵਾਂਗੇ, ਕਹਿ ਕੇ ਵਗ ਜੂਗਾ ਲਾ ਕੇ ਟਾਲੇ,
फीस भरती पहला लहू भी रखिया ये भी कंजर इन्हों के नाल का गा ये ऊ खर्चीला गा वह भुक्की खा के ये तो उन्होंने भुक्का नहीं लौट आता बस कानू पुछ दी सारा दिन यही सताया इन्हों का मेरी गल सुन आ की चीज जानी हूं सब्जी बनाऊनी कहदी मटर पनीर बनाऊनी है समा तू लैनी है तेनू नहीं पता भी रोज चटनी कुटदे ओहो मैं तो है कहती जे खेत जाता है खेत कोई सब्जी उतो तोड़ लिया जा शहरों कुछ मंगा लेंदी करेले जा भिंडिया भड़िए रोज रोज चटनी भी नहीं खाधी जाती सी आपा मंगा लेंदी फिर गल्ला तो ऐ करूगी जिम्मे रोज शाही पनीर रेंदे आगे पंजरा का गंढा भी एक सी गड़िया पे देख लै है ना उन्हों का गुस्सा तू मेरे ते ला दिया कर ओहो अग लाउना एक अख तो जमैनती अख तो काली रात पेरी आई तो माड़ा मोटा चमकारा दींद माड़ी मोटी भुक्की नू रहण दिया कर साडे कोले मुक जांदी तीजे जफे दे नाल बेकर मैं तेरी तो वह गल है अखे अन्ना जलाहा मां नाल मशकरिया बेटा जाने ओदा सूरज दा चमकारा तन्या नू भी दींदा है बे नाले आख तो ता मचदा दींदा है जदो इहनू बंद कर लैनी है ना इहदे नाल रात पैदी है पुत ओ बीबी मेरी गल हुण कानू तू इन्ने खर्चा करवाउणी आगी ओना पहले ही तंग होया पिया कर रहण दे तू नवें स्यापे खणे करदियां है इहनू कंजर नू ना चढ़े दी ना लथे दी आप दियां गल्लां मरी जांदा ओ चल छड्डो भरावा मेरी गल सुन ला राज भाई उन्हें कह दी मेनू दो तीन दिन तक लख रुपया चाहिए चढ़ता चंदा गया लख रुपया तू सिर च मारना की करना लख रुपया तेन नहीं पता हूं मां मैं चंडीगढ़ रहन लगूंगा उ लख रुपया मैं जाते चाहिए गा लख रुपया कदम कट्ठा देखा था लख रुपया मंग लिया तुझ तो नहीं पढ़े तुझ तो नहीं पढ़े मैंने पढ़ कंजरा क्यों रौला पाने जवाक ना करा गल मेरी गल सुन हरजीत जबलियां मारी जांदा पुत पुत बन के तेनू भी मैं ऐ कहनी माड़ा जिहा हिसाब नाल पैसा मंगया कर पुत राज दी जान कड़की च फसी पई है नाले उन्हां चंडेलां दे सामने ना मंगया कर झाड़ होके चिंबड़ जांदियां ने राज नू जे माड़ी मोटी असी दवाई बूटी मंगाउने आ पुत उह तां सानू भी भज भज पैंदियां ने उन्हां दे सामने तां नहीं मंगदा आ मैं कल रुपये फड़ने यार सत अठ सौ रुपये देके तोरता भले सत अठ सौ नाल पढ़ाईयां होणगीयां मेरी मेरी गल सुन पुत कित्थों हड वड के दे दे तैनू मैनू नहीं पता राज भाई मां लैके जा कद ना ए की कहने होंगे ने आ लंज लुंज जा पवा दे शेरा आ ठेडे खांदी फिरदी है नाले भाई मैं तेथो पैसे मंगाए सी मेरा भी शेरा समान जा मुक्या पिया तेनू पता है जवाक दी जान औखी एक अख तो पुत जमा रात पे चल कोई नी मां हुण दवाई बूटी तो लियाउणी हुंदी है तू कहनू कल्पना करदी हुंदी है गल तां इन्हां दी है लख रुपया दे झाड़ा ना लगता यार मैं तो कहने कोई नौकरी लग जाए सौखे हो जाएंगे यार लै अगे नौकरी लग जाए गरीब घर के जवाक भी नौकरियां लगती ने बे पुत अपनी तो वह गल हो रही है जिम्मे किसी जवाक ने कहा मां हाथी बिकता फिर मेनू ले दे मां कहती ना पुत कहती लिया नहीं जाता कहना मां टके द ही है कहती पुत है ही नहीं टका कहना मां कल नू लख दा हो जू कहती पुत कल नू ही ले दांगे ओ गल है पुत जदों अज अपने कोले टका भी है नहीं तेनू कित्थों लख दे दिए मां ए तां ए कहंदा भी 10 12 पढ़ के भी फौज दी नौकरी कर ले फौज दी नौकरी भी मेथों तां हुंदी नहीं ओए फौजी माड़े नहीं हुंदे मेरी गल सुन आ रात नू ना हलक टन के तां ही सौ जाना जे फौजी बाटरां ते खड़े आ गल्ला मारदा है चुप कर जा मैं अमलिया मेथों होर बुला लेगा ओए मेरी गल सुन ला तेथों बड्डा हैगा तू ऐ ना बोलिया कर ओ नले भाई तेनू हुण 15-16 साल हो गए शेरा तुरे फिर दे एदू बाद शेरा तू कि जज लगना सही गल है एवं रुपये पट्टी जाना साडे नाल खेत चलिया कर बस कीतियां पईयां नौकरियां ना ये पढ़ते नहीं रुपये रोज इन्हों तीजे दिन 2500 3000 की भुक्की खवा देना ओए तां लगना किसी नूं जावे इश्के दा रोग बुरा ये तां हुण फसे बैठे ने की करन इह तू रहण दे कर इह गल्लां करन नूं चल मेरी गल सुन ला यार आ बीबी
ਤੂੰ ਕਿਹੜਾ ਨਿਸ਼ਾਨੇ ਲਾਉਣੇ ਨੇ ਹੁਣ ਹੈ ਬੁੜੀ ਤੂੰ ਸੋਈ ਪਈਆਂ ਕੋਈ ਨਾ ਫਿਰ ਕੀ ਹੋਇਆ ਮਾੜੀ ਮੋਟੀ ਨਿਗਾਹ ਕਰਦੀ ਹੁੰਦੀ ਆ ਤੂੰ ਯਾਰ ਮੇਰੀ ਗੱਲ ਜਿਹੜਾ ਤੂੰ ਮੈਨੂੰ 2000 ਰੁਪਏ ਦਿੱਤਾ ਸੀ ਗੱਲ ਉਹ 2200 ਨੂੰ ਕਰਤੀ ਪਤੰਦਰਾਂ ਨੇ ਬਾਲੀ ਮਹਿੰਗੀ 200 ਰੁਪਏ ਹੋਰ ਦੇ ਕੇ ਚੱਗਾ ਮੇਰੀ ਗੱਲ ਸੁਣ ਖੜਾ ਹੋ ਕੇ ਮੇਰੇ ਨਾਲ ਖੇਤ ਚੱਲ ਕੋਈ ਨੀ ਆਪਾਂ ਲੈ ਆਵਾਂਗੇ ਜਿਹੜਾ ਕੁਝ ਕਹਿਣਾ ਤੂੰ ਬਈ ਮੈਨੂੰ ਜਵਾਬ ਸਵਾਲ ਦੇ ਕੇ ਜਾਓ ਪਹਿਲਾਂ ਫੇਰ ਖੇਤ ਵਗ ਜਾਓ ਮੇਰੀ ਗੱਲ ਸੁਣ ਲੈ ਹਜੇ 15 ਦਿਨ ਰੁਪਏ ਨਹੀਂ ਮਿਲਦੇ ਹਨਾ ਕੋਈ ਨੀ ਆੜਤੀਆਂ ਨੇ ਕਿਹਾ ਹੈਗਾ ਦੇ ਦੇਣਗੇ ਉਹ ਤੈਨੂੰ ਫੜਾ ਦੂੰਗਾ ਜਿੰਨੇ ਮੇਰੇ ਕੋਲੇ ਹੋਏ ਲੈ ਜੀ ਮੈਂ ਤਾਂ ਟੋਕਰ ਜੀ ਮੈਂ ਐਸੀ ਵੇਚ ਦੂ ਫਿਰ ਨਹੀਂ ਲੈ ਦੇਖ ਲੈ ਇਹਨਾਂ ਦੀਆਂ ਛੱਡ ਪਰਾਂ ਤੂੰ ਐਂ ਦੱਸ ਤੇਰੀ ਮਾਂ ਦੀ ਦਵਾਈ ਲਿਆਇਆ ਕਿ ਨਾ ਬਾਪੂ ਦਵਾਈ ਤਾਂ ਲਿਆਂਦੀ ਪਈ ਐ ਕੋਈ ਗੱਲ ਨਹੀਂ ਇਹਨੂੰ ਅਗਲੇ ਹਫਤੇ ਮੈਂ ਲੈ ਕੇ ਜਾਊਂ ਡਾਕਟਰ ਨੇ ਕਿਹਾ ਹੈਗਾ ਵੀ ਉਹਨਾਂ ਨੇ ਨਿਗਾ ਚੈੱਕ ਕਰਨੀ ਪਊਗੀ ਦੁਬਾਰੇ ਵੀ ਨਾਲ ਲੈ ਕੇ ਜਾਣੀ ਪਊਗੀ ਇਹ ਉਹ ਨਾਲੇ ਮੇਰੀ ਗੱਲ ਸੁਣ ਹੁਣ ਤੂੰ ਆਹਾ ਮਿੱਠਾ ਮੁੱਠਾ ਛੱਡ ਦੇ ਮੁੜ ਕੇ ਜੇ ਉੱਥੇ ਸ਼ੂਗਰ ਸਾਗਰ ਹੋ ਗਿਆ ਫੇਰ ਲੌਂਕਦੀ ਫਿਰੇਗੀ ਮੁੜ ਕੇ ਆਪਰੇਸ਼ਨ ਆਪਰੂਸ਼ਨ ਨਹੀਂ ਹੋਣਾ ਲੈ ਦੱਸ ਮੈਂ ਕਿੱਥੋਂ ਮਿੱਠਾ ਖਾਨੀ ਆ ਚਾਹ ਤਾਂ ਅੱਗ ਲਾਉਣੀ ਫਿੱਕੀ ਫੂਕਦੀਆਂ ਨੇ ਤੇ ਭੋਰਾ ਪਾਉਂਦੀਆਂ ਹੀ ਨਹੀਂ ਮਿੱਠਾ ਉਹ ਬੱਬਲ ਕੱਤੀ ਕਰਕੇ ਧਰ ਦਿੰਦੀਆਂ ਨੇ ਬਾਪੂ ਮੈਂ ਇਹੋ ਜੀ ਗੱਲ ਆਦਾ ਬਾਪੂ ਤੂੰ ਕਿਹੜਾ ਲੈ ਕੇ ਦਿੰਨਾ ਯਾਰ ਸਾਰੀ ਉਮਰ ਕੱਢ ਲਈ ਮੈਂ ਜਾਨਾ ਓ ਚੱਲ ਤੂੰ ਮੇਰੀ ਗੱਲ ਨਾਲ ਰੇੜਾ ਕੱਢ ਆਪਾਂ ਰੇੜੇ ਤੇ ਚੱਲਦੇ ਆ ਅੱਜ ਆ ਜਾ ਚੰਗਾ ਆ ਜਾ ਓਏ ਓਏ ਪਾਣਿਆ ਮੈਂ ਤੈਨੂੰ ਨਸਪਾਰ ਕੇ ਹਾਂ ਜੀ ਗੱਲ ਲਿਆਦੀ ਓਏ ਉਹ ਮੈਂ ਭੁੱਲ ਗਿਆ ਯਾਰ ਮੇਰੇ ਦਾ ਬਲੱਡ ਵਧਿਆ ਪਿਆ ਪਾ ਕੇ ਜਾਂਦੇ ਦੇਖ ਮੇਰੇ ਸਾਏ ਦਾ ਜੱਬੜ ਜਾ ਉਹ ਤੈਨੂੰ ਕੱਲ ਗਿਆ ਜੀ ਮੈਂ ਲਿਆਦੀ ਮੈਨੂੰ ਟਹਾਣੇ ਵਾਲੀ ਨਾ ਤੂੰ ਬਾਰੀ ਨਾਲੇ ਬਾਪੂ ਮੇਰੀ ਗੱਲ ਸੁਣ ਲੈ ਵੀ ਪੈਲਸਨ ਜਾਂਦੀ ਆ ਤੂੰ ਨਾ ਡੰਗ ਲਾ ਲਿਆ ਕਰ ਜ਼ਰੂਰੀ ਰੁਪਏ ਮੰਗਦਾ ਫਿਰ ਨਾ ਤੂੰ ਓਏ ਮੈਥੋਂ ਚੱਲਿਆ ਨਹੀਂ ਜਾਂਦਾ ਇਹ ਸਿਰਾ ਜਦੋਂ ਦੌਣਾ ਚੱਡੀਆਂ ਫਸਾ ਲਾਂਦਾ ਮੈਂ ਕੀ ਕਰਾਂ ਓਏ ਮੈਂ ਤਾਂ ਆਪਦੇ ਵਾਲੀ ਏਸੀ ਨੂੰ ਖਵਾਈ ਜਾਂਦਾ ਮੈਂ ਕਿਹੜੀ ਖਾਨਾ ਸਾਰੇ ਬਸ ਆਪੋ ਆਦੇ ਹੋ ਗਏ ਉਹ ਰਾਜ ਆਪ ਖਰਚਾ ਕਰਦਾ ਫਿਰਦਾ ਚੰਗੇ ਕੱਪੜੇ ਪਾ ਲੈਂਦਾ ਦੂਜੇ ਨੂੰ ਤਾਂ ਜਵਾਕਾਂ ਦੀ ਫੀਸ ਦਾ ਹੱਲ ਕਰਦੇ ਅੱਜ ਨਹੀਂ ਪ੍ਰਿੰਸੀਪਲ ਨੇ ਕਿਹਾ ਵੀ ਸਵੇਰੇ ਜਵਾਕਾਂ ਨੂੰ ਸਕੂਲ ਨਾ ਤੋਰਿਓ ਮਸਾ ਉਹਦੇ ਮਿੰਨਤਾਂ ਕਰਕੇ ਉਹਨਾਂ ਦੀਆਂ ਤੇ ਫੇਰ ਉਹਦੇ ਜਵਾਕਾਂ ਨੂੰ ਛੱਡ ਕੇ ਆਏ ਸੀਗੇ ਓਏ ਕੋਈ ਗੱਲ ਨੀ ਜਾਨਾ ਮੈਂ ਆੜਤੀਆਂ ਦੇ ਜੇ ਦੇ ਦੇਣਗੇ ਪੈਸੇ ਭਰ ਆਉਂਗਾ ਫੀਸ ਆਖੇ ਜਾਨਾ ਆੜਤੀਆਂ ਦੇ ਆੜਤੀਆਂ ਦੇ ਜਾਨਾ ਖਾਲੀ ਹੱਥ ਮੁੜੇ ਆਉਣਾ ਅੱਜ ਖਾਲੀ ਹੱਥ ਨਾ ਮੁੜੇ ਆਈ ਨਹੀਂ ਆਏ ਕਰੀ ਫੇਰ ਉਹ ਤੋਂ ਸਪਰੇਅ ਦੀ ਸੀਸੀ ਦਾ ਮਿਲ ਜੂ ਨਾ 100 ਰੁਪਏ ਦੀ ਲਿਆ ਕੇ ਸਾਰੇ ਟੱਬਰ ਨੂੰ ਪਿਆ ਦੀ ਆਹਾ ਵੱਡਿਆ ਜਾਊਗਾ ਪਰੇ ਬੇ ਮੈਂ ਤਾਂ ਜਾਨੀ ਆ ਰਾਜ ਨਾਲ ਆ ਅੱਖ ਦਿਖਾਉਣ ਡਾਕਟਰ ਦੇ ਹੈ ਤੇ ਤੂੰ ਖੇਤ ਵਗ ਜੀ ਕਿਤੇ ਇੱਥੇ ਬੈਠਾ ਇਹਨਾਂ ਨਾਲ ਆਡਾ ਲਾਈ ਜਾਵੇਂ ਓ ਮੈਂ ਤਾਂ ਵਗ ਜੂ ਖੇਤ ਮੇਰੀ ਗੱਲ ਸੁਣ ਓ ਜਾਨੀ ਤਾਂ ਹੈਗੀ ਐ ਤੂੰ ਉਹ ਮੋਟਰਸਾਈਕਲ ਤੇ ਧਿਆਨ ਨਾਲ ਬੈਠੀ ਉਹ ਕਿਤੇ ਹੋਰ ਗਲ ਪਰਨੇ ਵੱਜੇ ਓਏ ਨਹੀਂ ਰਾਜ ਹਾਂ ਮਾਂ ਪੁੱਤ ਮੈਂ ਤਾਂ ਤਿਆਰ ਬੈਠੀ ਆ ਮੈਨੂੰ ਲੈ ਚੱਲ ਪੁੱਤ ਅੱਖਾਂ ਵਾਲੇ ਡਾਕਟਰ ਦੇ ਹੈ ਮਾਂ ਕੋਈ ਗੱਲ ਨਹੀਂ ਅੱਜ ਦਾ ਦਿਨ ਤੂੰ ਟਿਕ ਕੱਲ ਨੂੰ ਲੈ ਕੇ ਜਾਊਂ ਤੈਨੂੰ ਮੈਂ ਆੜਤੀਆਂ ਦੇ ਮੈਂ ਜਾਨਾ ਅੱਜ ਪੈਸੇ ਫੜ ਕੇ ਲਿਆਉਣਾ ਪੁੱਤ ਬਣ ਕੇ ਲਿਆ ਪੈਸੇ ਫੜ ਕੇ ਪੁੱਤ ਮੇਰੀ ਅੱਖ ਦਾ ਆਪਰੇਸ਼ਨ ਕਰਾ ਦੇ ਜਮੀ ਨਹੀਂ ਦੀਂਦਾ ਓਏ ਹੋਰ ਆ ਤੇਰੀ ਅੱਖ ਕਰਕੇ ਤਾਂ ਮੈਂ ਹੂਲਾ ਪੱਕੀ ਜਾਨਾ ਓਏ ਅੱਛਾ ਸ਼ੇਰਾ ਓਏ ਫਿਰ ਐ ਕਰੀ ਸ਼ੇਰਾ ਮੇਰੇ ਵਾਸਤੇ ਵੀ ਨਾ ਓਏ ਸ਼ੇਰਾ 2000 ਰੁਪਏ ਅੱਡ ਫੜ ਲਈ ਤੈਨੂੰ ਪਤਾ ਫਿਰ ਨਸ਼ੇ ਪੱਤੇ ਬਿਨਾ ਸ਼ੇਰਾ ਬੁੱਢਾ ਸਰੀਰ ਔਖਾ ਹੋ ਜਾਂਦਾ ਓ ਕੋਈ ਗੱਲ ਨਹੀਂ ਬਾਪੂ ਕਾਹਨੂੰ ਫਿਕਰ ਕਰਦਾ ਮੈਨੂੰ ਸਾਰਾ ਪਤਾ ਹੈਗਾ ਕੋਈ ਨਹੀਂ ਲਿਆ ਦੂੰ ਤੇ ਤੂੰ ਕਿਉਂ ਵਿੱਚ ਫਾਨਾ ਫਸਾਉਣਾ ਹੁੰਦਾ ਕਿੱਥੇ ਆਪਦੀ ਜਾਨ ਨੂੰ ਸਿਆਪਾ ਲਾਇਆ ਪਰਾਜ ਪਰਾਜ ਮੇਰੀ ਗੱਲ ਸੁਣ ਤੂੰ ਆੜਤੀ ਕੋਲ ਜਾਣਾਗਾ ਹਾਂ ਗੱਲ ਦੱਸ ਕੀ ਕਹਿਣਾ ਓ ਮੇਰਾ 1 ਲੱਖ ਰੁਪਇਆ ਫੜ ਕੇ ਲਿਆਦੀ ਮੈਂ ਜਾਣਾਗਾ 2 ਦਿਨਾਂ ਤੱਕ ਓ ਪਿੰਡ ਵੱਜਿਆ ਨਹੀਂ ਮੰਗ ਤੇ ਪਹਿਲਾਂ ਆ ਖੜਦੇ ਨੇ ਓ ਚੱਲ ਮੈਨੂੰ ਨਹੀਂ ਪਤਾ ਯਾਰ ਮੰਗ ਤੇ ਆਉਣ ਚਾਹੇ ਪਿੰਡ ਨਾ ਵੱਜੇ ਪਰ ਮੈਨੂੰ 1 ਲੱਖ ਰੁਪਇਆ ਲੈਣੀ ਬਾਈ ਬਣ ਕੇ ਠੀਕ ਹੈ ਨਾ ਓ ਮੇਰੀ ਗੱਲ ਸੁਣ ਲੈ ਸਿਆਣੇ ਕਹਿੰਦੇ ਹੁੰਦੇ ਨੇ ਜਦੋਂ ਬੰਦਾ ਕੰਮ ਜਾਂਦਾ ਹੁੰਦਾ ਨਾ ਪਿੱਛੋਂ ਨਹੀਂ ਬਾਜ ਮਾਰਨੀ ਚਾਹੀਦੀ ਬਣਤਾ ਜਾਣ ਦੇ ਕੰਮ ਲਿਆ ਦੂੰ ਕੋਈ ਨਹੀਂ ਓ ਚੱਲ ਪਿੱਛੋਂ ਕਿਹੜਾ ਤੂੰ ਬਹੂ ਵਿਆਹਣ ਜਾਂਦਾਗਾ ਰੁਪਏ ਲਿਆਦੀ ਬਸ ਆ ਦੇਖ ਲਾ ਆ ਜੇ ਬੂਈ ਜੋ ਭੁੱਕੀ ਨਿਕਲਦੀ ਹੁੰਦੀ ਨਾ ਅੱਜ ਨੂੰ ਤਾਂ ਇਹਦਾ ਸਫਾਇਆ ਕਰਿਆ ਹੁੰਦਾ ਰੱਬ ਵੀ ਨਾ ਪਤਾ ਕਿਹੋ ਜਿਹੀਆਂ ਚੀਜ਼ਾਂ ਉਹ ਕਰਦਾ ਐ ਨੀ ਹੈਗਾ ਵੀ ਆਮ ਕਰਦੇ ਹੈ ਲੈ ਉਹ ਮਤਲਬ ਸਾਡੇ ਵਾਲਾ ਤੁਰਿਆ ਉਹਦਾ ਓਏ ਇਹ ਸ਼ਹਿਰ ਜਾਂਦਾ ਉਹ ਅੱਜ ਓ ਕਿਵੇਂ ਰਾਜਾ ਠੀਕ ਆ ਇੱਥੇ ਬੈਠਾ ਤੂੰ ਆ ਮੈਂ ਤਾਂ ਗੱਲ ਜੀ ਕਰ ਚੱਲ ਤੂੰ ਮੈਨੂੰ ਕਿੱਥੇ ਚੱਲਿਆ ਤੂੰ ਓਏ ਉਹ ਕਿੱਥੇ ਨਹੀਂ ਕਹਿੰਦੇ ਹੁੰਦੇ ਪਹਿਲਾਂ ਮੈਂ ਘਰੇ ਲੜਕੇ ਆ ਤੂੰ ਉਰੇ ਉਦੋਂ ਟੱਕਰ ਗਿਆ ਪਤੰਦਰਾ ਓਏ ਹੋਰ ਮੈਂ ਕੀ ਕਹਾਂ ਮੈਂ ਨਾ ਹੁਣ ਤੈਨੂੰ ਪੁੱਛਈ ਆ ਵੀ ਕਿੱਥੇ ਚੱਲਿਆ ਯਾਰ ਓ ਮੈਂ ਤਾਂ ਬਾਜ਼ਾਰ ਜਾਣਾਗਾ ਰੁਪਏ ਫੜ ਕੇ ਲਿਆਉਣਾ ਆੜਤੀਆਂ ਤੋਂ ਅੱਛਾ
मैं अपने आले पाने जी नूं कहा से भी नस्पार लिया दे मैनूं टाणे आली ओए उहने दा कंजर ने लिया के दित्ती तूं दो डब्बियां फड़ लई 250 रुपए दी इक डब्बियां ओए कोई गल नहीं लिया दूंगा तेरी नस्पार ने मार ले मां दा पुत्ता ओए मेरा मगज जा बंदा यार मैनूं ऐ वी चार सिक्का आ जाणगियां ओ मेरा मगज खुल जूंगा तेरा मगज नहीं खुलदा ये तां सानूं खोल के हटू इक दिन ओए चल चंगा यार ओ नाले मेरी गल सुन मैनूं 200 रुपया दे जा मेरे समान चों घटदा ओ कोई गल नहीं मेरे कोले रुपये 50 ने बस का किराया लगूगा ओ लाके जाऊं आड़तियां तो फड़ूंगा फिर रुपये होणगे मेरे कोले ला यार एडा वड्डा कबीलदारा तो ओए तेरे कोले हुण पैसे नहीं हैगे तू 50 रुपये रखदा जेब चों ऐ ओए डूढ़ महीना हो गया रुपये मुक्कियां नूं मसां चलाई जांदा मैनूं पता कबीलदारी किवें चलाई जांदा घर दी हां कबीलदारी छड्डी नहीं जांदी इह जी ओ मेरी गल सुण आज ना डूढ़ गल्लां बेच दे पूनियां मेरे सामने बट दे ओ बेच दे परे नूं किहो जिहियां गल्लां करना कर मैं सियाणा बणा बंदा तूं जे बेच देंगे फिर कल नूं अपने जवाक की खाणगे ओ मेरी गल सुणा टुरला या सट लैना तूं रुपये दा तेरी जेब च 50 ने यार तूं कबीलदार कौण है तूं चंगा बह जा घरे बग जा ओ 200 दा दे जा मैनूं ला मेरे साला कोई नहीं सुनदा मेरी तां गल मैं तो लगता है सच्चा पाशा तू ही कर दे कोई हल तो मैं सारे घर की कबीलदारी किवें चलावा बच्चों की फीस छोटे भरा दे कालज का खर्चा ते मां की दवाई वो कित्थों लेके आवां मैं आड़तियां ने भी पैसे तो जवाब देता वो की बनू साडे घर दा किवें चलू इस घर की कबीलदारी मेरे कोले कोई हल नहीं हुण सवाए मरन तो मैं आपदी जिंदगी खत्म कर लैना हे जब रोज रोज दा फिर ही निपड़ू भाई मैनू सारे जने माफ कर दियो ओए आयो ए की करी जाना तू कांगड़ा हो गया एक दे मरू मैं ए ओ बाबू ओए आ वे ओ नवा जो बचाव दे जने ओ की हो गया शेरा ओ बाबू स्प्रे पी जांदा सी आ ले बोतल दे ये तो मैं स्प्रे का तो मिलना सी ओ बोल बाबू ना की गल हो गई भाई आ काम क्यों करदा दस तो दे बापू जी मैनू माफ कर दियो मैं अज आड़तीए कोले गया सी मैनूं आड़तीए ने पैसों तो जवाब देता ना मैं आपदे बच्चों की पढ़ाई करा सकिया ना मैं छोटे भरा की फीस भर सकिया ना मैं आपदी मां दी अखां दा इलाज करा सकिया मैं घर की कबीलदारी नहीं चला सकिया बापू मैनूं होर कोई राह नहीं ते आया मरन तो सिवा ताई मैं मरन लगे सी बापू मैनूं माफ कर दिओ हाय मेरा पुत कमला ना होवे तां इह की करन लगे सी तूं ओ छेरा गलतियां तो सारियां साडियां ने सही गल है भाई बापू सही कहिंदा अस तां तैनूं समझ ही नहीं सके तू कमाउण वाला तां कल्ला असी खाण वाले 18 जीआं असी तां तैनूं सच्ची नहीं समझ सके तैनूं अपनियां डिमांडां ही दसदे रहे तेरे बारे तां कदी सोचिया ही नहीं वे कमलिया पुत्ता तैं कदे आई नहीं सोचिया तेरे मुंह कन्नी असी कहे जाने झाकदे आं पुत्त सानूं तां दींदा ही तेरे विच दी आ कमलिया मैं मेरी गल सुण मैं भी अज तो बाद भुक्के नहीं खाया करता आपा काम करे करांगे तो उन्हें भाई आपा सारे टोपर नु पालांगे भाई सही गल है अज तो बाद असी भी कोई डिमांडा नहीं रखदे हैगे जवाकां दी फीस है असी तां आपदा कपड़ा लीड़ा सियों के जवाकां दी फीस भर लिया करांगे जे थोनू ही कुछ हो जांदा आ सारे टब्बर दा की बनदा मरन नाल कोई हल नहीं हुंदा जिंदगी ज्यों के हल हुंदे नेगे इक वारी तू सानू दस ता दे कमलियां असी आ जिहड़े तैनू चढ़ चढ़ सारा टब्बर पै जांदे आ ਅਸੀਂ ਤਾਂ ਸਾਰੇ ਤੇਰੇ ਨਾਲ ਹੀ ਜੁੜੇ ਹੋਏ ਆ ਓਏ ਬਾਹ ਸ਼ੇਰਾ ਆ ਗੱਲ ਕਰੀਏ ਨਾ ਲੱਖ ਰੁਪਏ ਦੀ ਓਏ ਆਪਾਂ ਹੁਣ ਦੋਨੇ ਪਿਓ ਪੁੱਤੇ ਨਸ਼ੇ ਦਾ ਕੋੜ ਵੱਡਾਂਗੇ ਆਪਣੇ ਪੁੱਤ ਨਾਲ ਕੰਮ ਕਰਾਇਆ ਕਰਾਂਗੇ ਬਾਪੂ ਭਾਈ ਹੁੰਦੇ ਨਾ ਜਿਹੜੇ ਸੱਜੀਆਂ ਖੱਬੀਆਂ ਬਾਹਾ ਹੁੰਦੇ ਨਾਗੇ ਨਾਲੇ ਭਾਈ ਤੁਹਾਨੂੰ ਕੋਈ ਲੋੜ ਨਹੀਂ ਕਿਸੇ ਦੇ ਕੱਪੜੇ ਸਿਉਣ ਦੀ ਅਸੀਂ ਦਿਨ ਰਾਤ ਖੇਡ ਚ ਮਾਰਾਂਗੇ ਦੋਨੇ ਤਿੰਨੇ ਭਾਈ ਚੱਲ ਕੋਈ ਨਹੀਂ ਸ਼ੁਕਰ ਹੈ ਹਜੇ ਵੀ ਟਾਈਮ ਰਹਿੰਦੇ ਪਤਾ ਲੱਗ ਗਿਆ ਜੇ ਬਾਈ ਤੂੰ ਇੱਧਰ ਨੂੰ ਨਾ ਆਉਂਦਾ ਮਿੰਟ ਚ ਜਾ ਜਾਂਦੀ ਹੋ ਗਈ ਸੀ ਇਹ ਘਰ ਤਾਂ ਮੁੱਦਾ ਵੱਜ ਗਿਆ ਸੀ ਮਾੜਾ ਜਿਹਾ ਜਵਾਕਾਂ ਬਾਰੇ ਤਾਂ ਸੋਚ ਦੇ
मेरे कमलिया जिंदगी तो है संघर्ष जे बंदा आप जिंदगी न लड़ांगे फिर ही जिंदगी जितांगे ऐ नहीं जीती जाती होंगी जिवें तू बोझरी वाली गल करी अज चल भाई गलती होगी मैनू माफ कर दो सारे जने चल मेरी गल सुन चल उधर पानी पूनी पिने तेन आ जा पुत रोटी खाते अद्धी खा लांगे अपा तो चल मेरा पुत चल हां जी सत श्री अकाल जी इस वीडियो राही असीं इह छोटी जी कोशिश कीती है कि जिस घर दे विच कमाउण वाला कल्ला बंदा हुंदा ते खाण वाले साडे वर्गे कई जाने हुंदे आ उहदे उत्ते बोझ बहुत ज्यादा बन जांदा पर मरन नाल कोई हल नहीं हुंदा सारे परिवार नूं मिल के उहदी सपोर्ट करनी चाहीदी आ बाकी वीडियो किवें लगी कमेंटां दे विच जरूर दस्सिओ वीडियो वधिया लगी तां अगे शेयर जरूर कर दिओ जिहड़े दोस्तां ने चैनल सबसक्राइब नहीं कीता उह चैनल नूं जरूर सबसक्राइब कर लिओ नाल दित्ती बैल दी निशानी जरूर दबा लिया करो तां जो तुहाडे कोले साडीआं नवीआं नवीआं वीडियो दी नोटिफिकेशन पहुंच सके धन्यवाद दोस्तों सत श्री अकाल।